ਆਵਾਜ਼ ਔਰ ਤਸਵੀਰ ਦੀ ਦੁਨੀਆ ਦੇ ਦੋਸਤੋ ਅਸਲਾਮ ਅਲੈਕਮ, ਮੈਂ ਹਾਂ ਮਕਸੂਦ ਅਤੇ ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਪੰਜਾਬੀ ਸੈਰ ਸਪਾਟਾ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਨਵੀਂ ਤੋਂ ਨਵੀਂ ਜਗ੍ਹਾ ਦੀ ਸੈਰ ਔਰ ਨਵੀਂ ਤੋਂ ਨਵੀਂ ਜਗ੍ਹਾ ਦੀ ਮਾਲੂਮਾਤ ਦਿੰਦੇ ਹਾਂ, ਅਤੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਵਲੌਗ ਪੱਠਾ, ਯਾਨੀ ਕਿ ਜਿੱਥੇ ਕਿ ਇੱਟਾਂ ਤਿਆਰ ਹੁੰਦੀਆਂ ਨੇ। ਕੱਚੀ ਮਿੱਟੀ ਪਹਿਲੇ ਤਿਆਰ ਹੁੰਦੀ ਹੈ ਅਤੇ ਫਿਰ ਪੱਕੀਆਂ ਇੱਟਾਂ ਵੀ ਤਿਆਰ ਹੁੰਦੀਆਂ ਨੇ। ਅਸੀਂ ਇਹ ਸਾਰਾ ਕੁਛ ਅੱਜ ਤੁਹਾਨੂੰ ਅਸੀਂ ਦਿਖਾਉਣ ਵਾਲੇ ਹਾਂ। ਔਰ ਇਸ ਤੋਂ ਪਹਿਲੇ ਕਿ ਅਗਰ ਤੁਸੀਂ ਇਸ ਚੈਨਲ 'ਤੇ ਨਵੇਂ ਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਨਾਲ ਹੀ ਬੈਲ ਦੇ ਆਈਕਨ ਨੂੰ ਪ੍ਰੈਸ ਕਰ ਦਿਓ। ਔਰ ਜਿਤਨੇ ਲੋਕਾਂ ਨੇ ਪਹਿਲੇ ਇਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਅਸੀਂ ਤਹਿ ਦਿਲ ਦੇ ਨਾਲ ਸ਼ੁਕਰੀਆ ਅਦਾ ਕਰ ਰਹੇ ਹਾਂ। ਅਤੇ ਸ਼ੁਰੂ ਦੇ ਵਿੱਚ ਦੇਖਿਆ ਜੀ ਤੁਸੀਂ ਇਹ ਮਿੱਟੀ ਜਿਹੜੀ ਹੈ ਕਿ ਉਹ ਪਾਣੀ ਦੇ ਨਾਲ ਉਹਦੀ ਕਹਾਣੀ ਹੋਈ ਹੈ। ਕਹਾਣੀ ਹੋ ਕੇ ਉਸ ਤੋਂ ਬਾਅਦ ਇੱਕ ਬੱਚਾ ਰੇੜੀ ਦੇ ਉੱਤੇ ਜਿਹੜਾ ਮਿੱਟੀ ਨੂੰ ਲੈ ਕੇ ਆ ਰਿਹਾ, ਅਤੇ ਮਿੱਟੀ ਤੋਂ ਬਾਅਦ ਜਨਾਬ ਇਹ ਬਾਈਅਰਾਂ ਦੇ ਕੋਲ ਪਹੁੰਚ ਗਈ ਹੈ ਮਿੱਟੀ। ਅਤੇ ਇਹ ਕੀ ਕਰ ਰਹੇ ਨੇ ਹੁਣ, ਇਹ ਕੱਚੀਆਂ ਇੱਟਾਂ ਪਾ ਰਹੇ ਨੇ, ਠੀਕ ਹੈ। ਅਤੇ ਇਹ ਜਿਹੜਾ ਇਹ ਇਸਤੇਮਾਲ ਕਰ ਰਹੇ ਨੇ ਇਹਨੂੰ ਕਿਹਾ ਜਾਂਦਾ ਜੀ ਸੱਚਾ। ਅਤੇ ਇਹ ਕੀ ਕਰਦੀ ਹੈ ਕਿ ਇਹ ਮਿੱਟੀ ਦੀ ਗੁਲਾਈ ਨੂੰ ਮੁਕੰਮਲ ਕਰਕੇ ਅਤੇ ਇੱਕ ਇੱਟ ਦੀ ਜਿਹੜੀ ਹੈ ਕਿ ਸ਼ਕਲ ਜਿਹੜੀ ਹੈ ਕਿ ਉਹ ਤਿਆਰ ਕਰ ਲੈਂਦੀ ਹੈ। ਅਤੇ ਯਾਨੀ ਕਿ ਸਮਝ ਲਓ ਕਿ ਜਿਹਨੂੰ ਕਿਹਾ ਜਾਂਦਾ ਡਿਸਿਪਲਨ, ਡਿਸਿਪਲਨ ਬਣਦਾ ਵੇ ਮਿੱਟੀ ਦਾ ਅਤੇ ਫਿਰ ਜਾ ਕੇ ਜਿਹੜਾ ਕਿ ਇਹ ਇੱਟ ਤਿਆਰ ਹੁੰਦੀ ਹੈ। ਅਤੇ ਇਹ ਬਾਈਅਰੀ ਜਿਹੜੇ ਨੇ ਕਿ ਇੱਟਾਂ ਪਾ ਰਹੇ ਨੇ, ਅਤੇ ਇਹ ਜਿੰਨੀ ਵੀ ਜਨਾਬ ਇਸ ਟਾਈਮ ਇੱਟ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਸਾਰੀ ਇਹਨਾਂ ਦੇ ਹੱਥ ਦੀ ਕਾਰਕਰਦਗੀ ਹੈ। ਅਤੇ ਇਹ ਵੀ ਬੜੇ ਮਿਹਨਤਕਸ਼ ਲੋਕ ਨੇ ਜੀ, ਸੁਬਹਾ ਸਰਗੀ ਟਾਈਮ ਹੀ ਜਿਹੜਾ ਨਾ ਇਹ ਉੱਠ ਕੇ ਅਤੇ ਆ ਜਾਂਦੇ ਨੇ ਅਤੇ ਆ ਕੇ ਪਹਿਲੇ ਮਿੱਟੀ ਗੁੰਨਦੇ ਨੇ, ਕਹਾਣੀ ਬਣਾਉਂਦੇ ਨੇ, ਕਹਾਣੀ ਤੋਂ ਬਾਅਦ ਜਨਾਬ ਫਿਰ ਜਾ ਕੇ ਅਤੇ ਇਹ ਇੱਟਾਂ ਪਾਣੀਆਂ ਸ਼ੁਰੂ ਕਰ ਦਿੰਦੇ ਨੇ। ਅਤੇ ਇਹ ਸਾਰੀ ਜਿਹੜੀ ਹੈ ਨਾ ਇਸ ਬੰਦੇ ਦੇ ਹੱਥ ਦੀ ਜਨਾਬ ਇਹ ਕਾਰਾਗਰੀ ਜਿਹੜੀ ਹੈ ਕਿ ਤੁਹਾਨੂੰ ਇਸ ਟਾਈਮ ਨਜ਼ਰ ਆ ਰਹੀ ਹੈ। ਅਤੇ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਜਿਹੜਾ ਹੋ ਜਾਂਦਾ ਜੀ ਇੱਟਾਂ ਦਾ, ਉਹ ਹੋ ਜਾਂਦਾ ਵੇ ਕਿ ਪੱਕੀਆਂ ਇੱਟਾਂ ਵਾਲੀ ਸਾਈਡ ਦਾ। ਅਤੇ ਇਹ ਉਹ ਪੱਠਾ ਹੈ ਜਿੱਥੇ ਇਹ ਸਾਰੇ ਮਜ਼ਦੂਰ ਜਿਹੜੇ ਨੇ ਕਿ ਇੱਥੇ ਇੱਟਾਂ ਬਣਾ ਕੇ ਅਤੇ ਦਿੰਦੇ ਨੇ, ਅਤੇ ਇਹ ਫਿਰ ਜਨਾਬ ਅੱਗੇ ਜਾ ਕੇ ਅਤੇ ਇਸ ਪੱਠੇ ਦੇ ਵਿੱਚ ਜਿਹੜਾ ਆ ਕੇ ਇਹ ਪੱਕਦੀਆਂ ਨੇ। ਹਰ ਬੰਦੇ ਦੀ ਇੱਕ ਆਪਣੀ ਆਪਣੀ ਡਿਊਟੀ ਹੈ, ਆਪਣਾ ਆਪਣਾ ਹਿਸਾਬ ਹੈ। ਅਸੀਂ ਕਿਸ ਤਰ੍ਹਾਂ ਬਾਈਅਰੀ ਕੰਮ ਕਰ ਰਹੇ ਨੇ ਦੇਖ ਰਹੇ ਨੇ, ਤੁਸੀਂ ਵੀ ਦੇਖ ਰਹੇ ਹੋ, ਅਤੇ ਸਾਰੇ ਜਿਹੜੇ ਨੇ ਆਪਣੇ ਆਪਣੇ ਕੰਮ ਦੇ ਵਿੱਚ ਮੌਜੂਦ ਨੇ। ਅਤੇ ਇੱਟਾਂ ਦੀਆਂ ਵੀ ਜੀ ਨਸਲਾਂ ਹੁੰਦੀਆਂ ਨੇ, ਕਿਸਮਾਂ ਹੁੰਦੀਆਂ ਨੇ। ਜਿਸ ਤਰ੍ਹਾਂ ਕਿ ਅਵਲ ਇੱਟ, ਇਹ ਸਭ ਤੋਂ ਅੱਛੀ ਇੱਟ ਜਿਹੜੀ ਹੈ ਨਾ ਕਿ ਉਹਨੂੰ ਅਵਲ ਇੱਟ ਹੀ ਕਿਹਾ ਜਾਂਦਾ ਵੇ। ਇਹ ਦੇਖ ਵੀ ਰਿਹਾ ਜੇ ਤੁਸੀਂ ਨਾਲ ਨਾਲ, ਅਤੇ ਇੱਟਾਂ ਤੁਹਾਨੂੰ ਸਾਰੀਆਂ ਦੀ ਅਸੀਂ ਜਿਹੜਾ ਸ਼ਨਾਖਤ ਕਰਾਉਂਦੇ ਜਾਵਾਂਗੇ। ਇਹ ਅਵਲ ਹੀ ਜਿਹੜੀ ਹੈ ਕਿ ਤੁਹਾਨੂੰ ਇਸ ਟਾਈਮ ਨਜ਼ਰ ਆ ਰਹੀ ਹੈ। ਅਤੇ ਅਵਲ ਤੋਂ ਬਾਅਦ ਜਿਹੜੀ ਹੁੰਦੀ ਹੈ ਨਾ ਜੀ, ਉਹ ਇੱਟ ਹੁੰਦੀ ਹੈ ਜੀ ਦੋਮ। ਪਹਿਲੀ ਹੋ ਗਈ ਅਵਲ, ਅਤੇ ਔਰ ਦੂਸਰੀ ਜਿਹੜੀ ਹੈ ਕਿ ਇੱਟ, ਉਹਨੂੰ ਕਿਹਾ ਜਾਂਦਾ ਜੀ ਦੋਮ। ਅਤੇ ਅਵਲ ਜਿਹੜੀ ਇੱਕ ਸਭ ਤੋਂ ਮਹਿੰਗੀ ਹੁੰਦੀ ਹੈ, ਅਤੇ ਉਸ ਤੋਂ ਬਾਅਦ ਦੂਸਰੇ ਹਿੱਸੇ 'ਤੇ ਜਿਹੜੀ ਆਉਂਦੀ ਹੈ ਉਹ ਦੋਮ ਆਉਂਦੀ ਹੈ। ਅਤੇ ਇਹ ਤੁਸੀਂ ਜਿਹੜੀ ਦੇਖ ਰਹੇ ਜੇ, ਇਹ ਅਵਲ ਇੱਟਾਂ ਜਿਹੜੀਆਂ ਨੇ ਇਹ ਨਜ਼ਰ ਆ ਰਹੀਆਂ ਨੇ ਤੁਹਾਨੂੰ। ਅਵਲ ਦੇ ਨਾਲ ਹੀ ਇਹ ਕੱਚੀਆਂ ਇੱਟਾਂ ਦੀ ਵੀ ਜਿਹੜੀ ਇੱਕ ਤੈਅ ਸਾਰੀ ਜਿਹੜੀ ਹੈ ਨਾ ਇਹ ਲੱਗੀ ਹੋਈ ਹੈ। ਇਹ ਸਾਰੀ ਇਸ ਟਾਈਮ ਤੁਹਾਨੂੰ ਅਵਲ ਇੱਟ ਜਿਹੜੀ ਹੈ ਨਾ ਕਿ ਉਹ ਨਜ਼ਰ ਆ ਰਹੀ ਹੈ। ਪੂਰਾ ਇੱਕ ਪੱਠੇ ਦਾ ਜਿਹੜਾ ਕਿ ਮਾਹੌਲ ਜਿਹੜਾ ਨਾ ਕਿ ਤੁਹਾਨੂੰ ਇਸ ਟਾਈਮ ਨਜ਼ਰ ਆ ਰਿਹਾ। ਅਤੇ ਸਾਹਮਣੇ ਆ ਦੋਮ ਹੀ ਪਈ ਹੋਈ ਹੈ, ਜਿੰਨੀ ਵੀ ਸਾਰੀ ਪਈ ਹੈ ਇਹ ਸਾਰੀ ਦੋਮ ਹੀ ਨਜ਼ਰ ਆ ਰਹੀ ਹੈ ਨਾ। ਅਤੇ ਇਹ ਬਾਈਅਰੀ ਦੇਖੋ ਰੇੜਾ ਲੈ ਰਹੇ ਨੇ ਜਨਾਬ, ਇਹ ਇੱਟਾਂ ਲੱਦਣ ਜਾ ਰਹੇ ਨੇ ਜੀ। ਪੱਕੀਆਂ ਇੱਟਾਂ ਜਿਹੜੀਆਂ ਨੇ ਕਿ ਇਸ ਸੁਬਹਾ ਦੇ ਟਾਈਮ ਜਿਹੜਾ ਜਾ ਕੇ ਆਪਣੇ ਆਰਡਰਾਂ ਦੇ ਉੱਤੇ ਜਿਹੜਾ ਬੁੱਕ ਕੀਤੇ ਹੁੰਦੇ ਨੇ ਉਹਨਾਂ ਦੇ ਨਾਲ ਜਨਾਬ ਜਿਹੜਾ ਨਾ ਇਹ ਜਾ ਕੇ ਅਤੇ ਫਿਰ ਉਹਨਾਂ ਨੂੰ ਦਿੰਦੇ ਨੇ। ਅਤੇ ਇਹ ਸਾਰੀ ਇੱਟ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਜਨਾਬ, ਇਹ ਸਾਰੀ ਅਵਲ ਹੈ। ਅਵਲ ਤੋਂ ਬਾਅਦ ਆ ਜਾਂਦੀ ਹੈ ਜਨਾਬ ਦੋਮ, ਅਤੇ ਦੋਮ ਤੋਂ ਬਾਅਦ ਜਿਹੜੀ ਇੱਕ ਇੱਟ ਆਉਂਦੀ ਹੈ ਉਹਨੂੰ ਕਿਹਾ ਜਾਂਦਾ ਜੀ ਖਿੰਗਰ ਇੱਟ। ਖਿੰਗਰ ਇੱਟ ਕਿੱਥੇ ਕੰਮ ਆਉਂਦੀ ਹੈ? ਜ਼ਿਆਦਾਤਰ ਜਿਹੜਾ ਨਾ ਉਹ ਨੀਹਾਂ ਭਰਨ ਦੇ ਵਿੱਚ ਜਿਹੜਾ ਨਾ ਉਹ ਕੰਮ ਆਉਂਦੀ ਹੈ। ਅਤੇ ਇਹ ਤੁਹਾਨੂੰ ਸਾਰੀ ਖਿੰਗਰ ਨੇਟ ਇੱਟ ਜਿਹੜੀ ਹੈ ਨਾ ਉਹ ਇਸ ਟਾਈਮ ਨਜ਼ਰ ਆ ਰਹੀ ਹੈ। ਅਤੇ ਇਹ ਸੀ ਜੀ ਅੱਜ ਦਾ ਸਾਡਾ ਵਲੌਗ ਪੱਠੇ ਦਾ। ਅਤੇ ਬਾਕੀ ਇਸ ਵੀਡੀਓ ਨੂੰ ਦੇਖਣ ਦਾ ਅਤੇ ਸਾਨੂੰ ਸੁਣਨ ਦਾ ਬਹੁਤ ਸ਼ੁਕਰੀਆ। ਅਤੇ ਬਹੁਤ ਜਲਦ ਮਿਲਦੇ ਹਾਂ ਇੱਕ ਨਵੀਂ ਜਗ੍ਹਾ 'ਤੇ ਇੱਕ ਨਵੀਂ ਵੀਡੀਓ ਦੇ ਵਿੱਚ। ਉਨੀ ਦੇਰ ਤੱਕ ਆਪਣਾ ਖਿਆਲ ਰੱਖੋ, ਆਪਣੀ ਫੈਮਿਲੀ ਦਾ ਖਿਆਲ ਰੱਖੋ। ਅੱਲਾ ਹਾਮੀ ਨਾਸਰ ਹੋ ਅਤੇ ਰੱਬ ਰਾਖਾ ਜੀ।